ਨੰਨੇ ਵਿੱਚ ਤੇ ਫਕੀਰ ਕਹਿੰਦਾ ਬਿਲਕੁਲ ਬੇਟਾ ਕਹਿਣ ਲੱਗਾ ਬਾਬਾ ਫਿਰ ਮੇਰਾ ਛਨਾ ਮੇਰਾ ਕੌਲ ਇਹ ਲੋਟਾ ਤਾਂ ਸਮੁੰਦਰ ਦੇ ਵਿੱਚ ਸਮਾ ਸਕਦਾ ਹੈ ਨਾ ਉਹਨੇ ਚਲਾ ਕੇ ਮਾਰਿਆ ਲੋਟਾ ਸਮੁੰਦਰ ਦੇ ਵਿੱਚ ਕਹਿੰਦਾ ਲੋਟਾ ਤਾਂ ਸਮੁੰਦਰ ਚ ਸਮਾ ਜਾਵੇਗਾ ਨਾ ਸਾਰੇ ਤੇ ਫਕੀਰ ਕਹਿੰਦਾ ਇਹੋ ਜੇ ਲੋਟੇ ਜਿੰਨੇ ਮਰਜ਼ੀ ਪੁੱਤਰਾ ਲਿਆ ਪਰ ਆਨੇਕਾਂ ਸਮੁੰਦਰ ਵਿੱਚ ਸਮਾ ਜਾਣਗੇ ਪਰ ਸਮੁੰਦਰ ਅਨੇਕਾਂ ਲੋਟਿਆਂ ਵਿੱਚ ਵੀ ਨਹੀਂ ਸਮਾਉਂਦਾ ਉਹਦਾ ਕੁਝ ਬੂੰਦਾਂ ਪਾਣੀ ਦੀਆਂ ਲੋਟੇ ਵਿੱਚ ਪੈ ਸਕਦੀਆਂ ਨੇ ਫਕੀਰ ਨੇ ਬੱਚੇ ਦੇ ਕਦਮ پکڑ ਲਏ ਕਹਿੰਦਾ ਸਿੱਖਿਆ ਅੱਜ ਤੱਕ ਨਹੀਂ ਮਿਲੀ ਕਹਿੰਦਾ ਬਾਬਾ ਕਿਉਂ ਕਹਿ ਲੱਗਾ ਬੇਟਾ ਅੱਜ ਤੱਕ ਰੱਟ ਲਈਏ ਰੱਬ ਨੂੰ ਕਿ ਤੂੰ ਮੇਰੇ ਹਿਰਦੇ ਵਿੱਚ ਆ ਮਕਮਲ ਰੂਪ ਚ ਆ ਉਹਦੀ ਰੌਸ਼ਨੀ ਆਵੇਗੀ ਉਹਦੀਆਂ ਰਸਮਾਂ ਆਣਗੀਆਂ ਗਿਆਨ ਦੀਆਂ ਚਾਨਣਾ ਆਵੇਗਾ ਕਹਿ ਲੱਗੇ ਪਰਮਾਤਮਾ ਐਡਾ ਵੱਡਾ ਹੈ ਐਡਾ ਵੱਡਾ ਹੈ ਐਡਾ ਵੱਡਾ ਹੈ ਕਿ ਮੇਰੇ ਵਰਗੀਆਂ ਛੋਟੇ ਛੋਟੇ ਕੌਲ ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਮਾ ਸਕਦੇ ਨੇ ਮੇਰੇ ਕੋਲ ਕੋਜੋ ਦੇ ਗਿਆਨ ਦੇ ਕਤਰੇ ਬਖਸ਼ਿਸ਼ ਦੇ ਕਤਰੇ ਆ ਸਕਦੇ ਨੇ ਮੁਕੰਮਲ ਪਰਮਾਤਮਾ ਨਹੀਂ ਪਰਮਾਤਮਾ ਵਿੱਚ ਆਪਣੇ ਆਪ ਨੂੰ ਠੇਲ ਦੇ ਆਪਣਾ ਛੰਨਾ ਰੂਪ ਲੋਟਾ ਰੂਪ ਜੀਵਨ ਉਹਦੇ ਵਿੱਚ ਸਮਾਦ ਆਵੇ ਉਹਦੇ ਵਿੱਚ ਮਿਲ ਜਾਏ ਇੱਥੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਪ੍ਰੇਮ ਦੇ ਨਾਲ ਗੁੰਥੜੋ ਕੇ ਆਪਾ ਭਾਵ ਮਟਾ ਕੇ ਆਪਣਾ ਜੀਵਨ ਗੁਰੂ ਦੇ ਵਿੱਚ ਮਿਲਾ ਦਿੱਤਾ ਹੈ ਉਹਦਾ ਰੂਪ ਹੁੰਦਾ ਹੈ ਉਹਦੇ ਵਿੱਚ ਮਿਲ ਗਏ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਨੇ ਆਪਣਾ ਪਿਰਣੇ ਦਾਤਾ ਕਰਨਵੇ ਦਾਤਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਆਪਣੀ ਮਾਲਕ ਨੂੰ ਕੁਝ ਵੀ ਨਹੀਂ ਜਾਣਿਆ ਨਹੀਂ ਸਮਝਿਆ ਕਿ ਇਹਦੇ ਨਾਲ ਮੇਰੀ ਸੋਭਾ ਇਹਦੇ ਨਾਲ ਵਡਿਆਈ ਇਹਦੇ ਨਾਲ ਮੈਂ ਜਾਣਿਆ ਦਾਨਾ ਇਹਦੇ ਕਰਕੇ ਉਪਮਾ ਆ ਗਲਤ ਵਿਚਾਰ ਅੰਦਰ ਉਪਜੀ ਸ਼ੈਤ ਇਹਦੀ ਸੋਭਾ ਮੇਰੇ ਕਰਕੇ ਆ ਮਨੁੱਖ ਨੇ ਵੀ ਇਹ ਗੱਲ ਸਮਝ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਹੀਂ ਜਾਤਾ ਜਿਨ੍ਹਾਂ ਨਹੀਂ ਸਮਝਦੇ ਆ ਕਰਮ ਫਲ ਦਾਤੇ ਨੂੰ ਕਰਮਾਂ ਨੂੰ ਫਲ ਲਾਉਣ ਵਾਲਾ ਫਲੀ ਭੂਤ ਕਰਨ ਵਾਲਾ ਦਾਤਾ ਪਰਮਾਤਮਾ ਵੈਗੁਰੂ ਜਿਨ੍ਹਾਂ ਨੂੰ ਨਹੀਂ ਸਮਝਿਆ ਮਹਾਰਾਜ ਕਹਿੰਦੇ ਕੂੜ ਮੁੱਠੀ ਕੂੜਿਆ ਰੇ ਕੂੜ ਦੇ ਸਹਿ ਧੋਕੇ ਝੂਠ ਦੇ ਸਹਿ ਧੋਕੇ ਝੂਠ ਦੇ ਕਾਰਨ ਇਹ ਜੀਵ ਰੂਪ ਇਸਤਰੀ ਲੁੱਟੀ ਪੁੱਟੀ ਗਈ ਮਾਲਕ ਨਹੀਂ ਜਾਣਿਆ ਇਹ ਦਾਣਿਆ ਕਿ ਸ਼ੈਤਾਨ ਮਾਲਕ ਦੀ ਪਤੀ ਦੀ ਮੇਰੇ ਕਰਕੇ ਸੋਭਾ ਆ ਜੀਵ ਨੇ ਇਹ ਜਾਣ ਲਿਆ ਰੱਬ ਦੀ ਵਡਿਆਈ ਮੇਰੇ ਕਰਕੇ ਹੋ ਰਹੀ ਆ ਮਹਾਰਾਜ ਕਹਿੰਦੇ ਨਹੀਂ ਓ ਸੱਜਣਾ ਓਦੇ ਕਰਕੇ ਤੇਰਾ ਅਦਬ ਸਤਕਾਰ ਹੋ ਰਿਆਈ ਤੇ ਓਦੀ ਕਿਰਪਾ ਦੇ ਨਾਲ ਹੀ ਓਦਾ ਸ਼ੁਕਰਾਨਾ ਕਰ ਮਹਾਰਾਜ ਕਹਿੰਦੇ ਸੁਣਿ ਆਓ ਕੰਤ ਮਹਿਲੀ ਹਾ ਫਿਰ ਸੇ ਉਹ ਸਬਦ ਵਿਚਾਰ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇਹੇ ਜੀਵ ਰੂਪੀ ਇਸਤਰੀਓ ਜਗਿਆਸੂਓ ਔਰ ਇਹ ਸੁਣਾ ਕਿ ਮਾਲਕ ਨੂੰ ਸੇਵੋ ਸਿਮਰੋ ਵੈ ਗੁਰੂ ਨੂੰ ਯਾਦ ਕਰੋ ਤੇ ਸ਼ਬਦ ਉਪਦੇਸ਼ ਨੂੰ ਕਮਾ ਕੇ ਉਹਦੀ ਵਿਚਾਰ ਨੂੰ ਹਿਰਦੇ ਵਿੱਚ ਵਸਾ ਤਿਆਗਨਾ ਗੁਸਤਾਖੀ ਮਾਫ ਕਰਨਾ ਮੈਂ ਪਹਿਲੇ ਹੀ ਮਾਫੀ ਮੰਗ ਲਾਵਾਂ ਅਸੀਂ ਜਪਜੀ ਸਾਹਿਬ ਬਾਰ ਬਾਰ ਪੜਿਆ ਤੇ ਪੜਨਾ ਚਾਹੀਦਾ ਹੈ ਜਪਜੀ ਸਾਹਿਬ ਨਾਲ ਜਿੰਨੂੰ ਮਰਦੀ ਪੁੱਛ ਲੋ ਚਾਹੇ ਉਮਰ ਧਾਰੀ ਐ ਚਾਹੇ ਨਹੀਂ ਚਾਹੇ ਕਿਸਾਂ ਧਾਰੀ ਐ ਚਾਹੇ ਨਹੀਂ ਹਰ ਕੋਈ ਕਹਿੰਦਾ ਜੀ ਮੈਂ ਜਪਜੀ ਪੜ ਲੈਣਾ ਹੈ ਵੈਸੇ ਜਪਜੀ ਪੜਨਾ ਬਹੁਤ ਔਖਾ ਹੈ ਮਾਤਰਾ ਸਾਹਿਤ ਪੜਨਾ ਉਹਨੂੰ ਬਹੁਤ ਔਖਾ ਹੈ ਕਿਉਂ ਉਹਦੀਆਂ ਮਾਤਰਾਵਾਂ ਨੇ ਉਹਨੂੰ ਚੰਗੇ ਵਿਸਰਾਮ ਨਾਲ ਪੜਨਾ ਹੈ ਸਾਰੇ ਪੜ ਲੈਂਦੇ ਪੜਾ ਲਿਖਾ ਜੋਗੇ ਦੀ ਅਸੀਂ ਪੜ ਲੈਨੇ ਤੇ ਸਾਡਾ ਵਿਚਾਰ ਧਾਰਾ ਪਤਾ ਕੀ ਹੋ ਗਿਆ ਹੈ ਪੜ ਪੜ ਗੱਡੀ ਲੱਦੀਏ ਵਾਲੀ ਗੱਲ ਹੋ ਗਈ ਹੈ ਮੈਂ ਪੰਥ ਪਾਠ ਕਰ ਲੈ ਛੇ ਪਾਠ ਕਰ ਲੈ ਜੀ ਮੈਂ ਪੰਧੀ ਪਾਠ ਕਰ ਲੈ ਓਏ ਭਲਿਆ ਕਿਦੇ ਇੱਕ ਪਾਠ ਕੀਤਾ ਹੁੰਦਾ ਨਾ ਅੰਦਰੋਂ ਭਿੱਜ ਕੇ ਉਹਨੇ ਜੀਵਨ ਦੀ ਬੇੜੀ ਪਾਰ ਲਾਦੇ ਨਹੀਂ ਸੀ ਪੜਿਆ ਜਪਜੀ ਸਾਹਿਬੇ ਪੜਿਆ ਸੁਖਮਣੀ ਸਾਹਿਬੇ ਔਰ ਸਜਣਾ ਪੰਗਤੀ ਇੱਕ ਦਾ ਵੀ ਤਾਤ ਪਰਜ ਤੇਰੇ ਜੀਵਨ ਚ ਨਹੀਂ ਉਤਰਿਆ ਉਦੀ ਵਿਚਾਰ ਧਾਰਾ ਇੱਕ ਪੌੜੀ ਦੇ ਵੀ ਹਿਰਦੇ ਵਿੱਚ ਨਹੀਂ ਆਏ ਜੇ ਇੱਕ ਤੋਕ ਦੀ ਵਿਚਾਰ ਧਾਰਾ ਹਿਰਦੇ ਵਿੱਚ ਆ ਜਾਂਦੀ ਜੀਵਨ ਦੇ ਵਿੱਚ ਪਲਟਾ ਜਾਂਦਾ ਬਦਲਾਵ ਆ ਜਾਂਦਾ ਮੇਰੇ ਵਰਗੇ ਵਿਆਖਿਆਕਰਾਂ ਦਾ ਵੀ ਇਹੀ ਉਹ ਹਾਲ ਹੈ ਬਖਤਿਆਂ ਦਾ ਵੀ ਬਹੁਤਾਂ ਦੇ ਅੰਦਰ ਹਾਲ ਹੈ ਇਹੋ ਗੁਸਤਾਖੀ ਮਾਹ ਬਹੁਤਾਂ ਦੇ ਅੰਦਰ ਸਰੋਤਿਆਂ ਦਾ ਵੀ ਇਹੋ ਹਾਲ ਹੈ ਕੋਈ ਵਿਰਲਾ ਗੁਰਮਤ ਚੱਲੇ ਜੀ ਕੋਈ ਵਿਰਲਾ ਕਹਿਣ ਵਾਲਾ ਸੁਣਨ ਵਾਲਾ ਜਿਹੜਾ ਚੱਲਦਾ ਨਹੀਂ ਤੇ ਅਸੀਂ ਕਬੀਰ ਅਵਰੇ ਕੋ ਉਪਦੇਸਤੇ ਮੁਖ ਮੈਂ ਪਰਹਿ ਰੇਤ ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਇਹ ਹੋਵੇਂ ਬਨ ਲਗ ਪੀ ਜੇ ਮੈਂ ਪੱਤੀ ਪਾਠ ਜ਼ਫਜ਼ੀ ਦੇ ਕਰ ਲੈਣਾ ਜੀ ਮੈਂ ਪੰਜ ਪਾਠ ਸੁਖਮਣੀ ਸਭ ਦੇ ਕਰ ਲੈਣਾ ਕ੍ਰੋਧ ਸਿਰੇ ਤੇ ਆ ਤੇ ਸੁਖਮਣੀ ਪੜਦਾ ਸੁਖਮਣੀ ਕਹਿੰਦੇ ਠੰਡ ਸਿਰ ਉਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਰਦ ਪੂਰਾ ਸੁਖਮਣੀ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਅਸੀਂ ਕਿਸੇ ਬਾਬੇ ਤੋਂ ਤਾਗਾ ਲੈਣ ਤੁਰਦਾਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਰਹਿ ਕੇ ਉਥੋਂ ਸੁਖ ਨਹੀਂ ਭਾਲਦੇ ਪਤਾ ਨਹੀਂ ਕਿਹੜੇ ਬਾਬੇ ਦੇ ਨਹਾਉਣ ਦਾ ਪਾਣੀ ਲੈਣ ਚਲੇ ਦਾਨੇ ਆ ਵੀ ਉਹ ਲਾਏਗਾ ਪਾਰ ਉਹ ਸਿਖਾ ਤੈਨੂੰ ਜੇ ਬਾਣੀ ਨੇ ਪਾਰ ਨਹੀਂ ਨਾ ਲਾਇਆ ਕਿਸੇ ਸਾਧ ਦੇ ਪਾਣੀ ਨੇ ਪਾਰ ਨਹੀਂ ਉਹ ਲਾਉਣਾ ਮਤ ਇਹ ਦਾਨੀ ਜਿੰਨਾ ਮਰਜ਼ੀ ਭੱਦ ਲੈ ਤੇਰਾ ਗੁਰੂ ਬਾਣੀ ਐ ਨਾ ਕਿ ਸਾਧਨਾਤੇ ਦਾ ਪਾਣੀ ਆ ਉਹਨੇ ਨਹੀਂ ਉਹ ਪਾਰ ਲਾਉਣਾ ਤੇਰਾ ਬੇੜਾ ਬਾਣੀ ਨੇ ਪਾਰਕ ਲਾਉਣਾ ਏ ਤੇਰਾ ਬੇੜਾ ਕਿਸੇ ਤਾਗੇ ਨੇ ਨਹੀਂ ਉਲਾਉਣਾ ਔਰ ਤੇਰਾ ਬੇੜਾ ਗੁਰੂ ਨੇ ਪਾਰ ਲਾਉਣਾ ਏ ਇਹਦੇ ਕੁਲਾ ਜਪਦੀ ਦਾ ਪਾਠ ਕੀਤਾ ਹੈ ਪੰਕਤੀ ਇੱਕ ਵੀ ਜੀਵਨ ਅੰਦਰ ਨਹੀਂ ਉਤਰੀ ਪੰਕਤੀ ਇੱਕ ਦਾ ਵੀ ਸਿਧਾਂਤ ਜਿਹੜਾ ਸੀ ਨਾ ਜੀ ਵਿੱਚ ਨਹੀਂ ਵਸਿਆ ਅੰਦਰ ਨਹੀਂ ਵਸਿਆ ਔਰ ਬਸ ਬਾਹਰੋਂ ਦਿਖਾਵਾ ਹੀ ਕੀਤਾ ਹੈ ਮਹਾਰਾਜ ਕਹਿੰਦੇ ਜਪ ਜੀ ਪੜ ਪੜ ਨਾ ਕੱਲਾ ਜਪ ਜੀ ਹੋ ਜਾ ਜਪ ਜੀ ਦਾ ਰੂਪ ਹੋ ਜਾ ਗੁਰਬਾਣੀ ਸੁਣੀਏ ਗੁਰਬਾਣੀ ਬਣੀਏ ਮਹਾਰਾਜ ਨੇ ਗੁਰਬਾਣੀ ਬਨਣ ਨੂੰ ਵੀ ਕਿਹਾ ਹੈ ਗੁਰਬਾਣੀ ਦਾ ਪੜਦਿਆਂ ਪੜਦਿਆਂ ਰੂਪ ਹੋ ਜਾਵੇਂ। ਓਹ ਹੋ ਨਹੀਂ ਤੇ ਪਿਆਰਿਆ ਬਾਹਰੋਂ ਦਿਖਾਵਾ ਹੀ ਕੀਤਾ ਬਦਲਾਓ ਕੋ ਨਹੀਂ ਆਇਆ। ਮਹਾਰਾਜ ਸਾਹਿਬ ਕਹਿੰਦੇ ਇੱਕ ਪੰਗਤੀ ਵੀ ਵਸ ਜਾਵੇ ਨਾ ਹਿਰਦੇ 'ਚ ਬਦਲਾਓ ਲਿਆ ਦੇਗੀ ਤੇ ਜਿਹਦੇ ਇੱਕ ਪੰਗਤੀ ਹਿਰਦੇ 'ਚ ਵਸ ਜੇ ਮਹਾਰਾਜ ਸਾਹਿਬ ਕਹਿੰਦਿਆ ਉਹਦੀ ਕੋਈ ਉਪਮਾ ਹੀ ਨਹੀਂ ਕਹਿ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਉਹਦੀ ਕੋਈ ਉਪਮਾ ਕਰ ਹੀ ਨਹੀਂ ਸਕਦਾ ਜਿਹਦੇ ਅੰਦਰ ਉਹਦੀ ਕਿਰਪਾ ਦਾ ਕਤਰਾ ਵਸ ਗਿਆ ਰਹਿਮਤ ਦਾ ਵਸਾਇਆ ਨਹੀਂ ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਨੂੰ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਜਿਵੇਂ ਜਿਵੇਂ ਵਿਚਾਰ ਵਸਦੀ ਗਈ ਵਿਕਾਰ ਬਾਹਰ ਦੁਰਾਚਾਰ ਬਾਹਰ ਈਰਖਾ ਬਾਹਰ ਦਵੇਸ਼ ਬਾਹਰ ਨਿੰਦਿਆ ਬਾਹਰ ਚੁਗਲੀ ਬਾਹਰ ਗੁਰੂ ਵਾਲਾ ਸੇਧਾਂਤ ਅੰਦਰ ਵਸ ਜਾਏਗਾ ਗੁਰੂ ਵੱਲ ਨੂੰ ਚੱਲੇਗਾ ਗੁਰੂ ਮੁਖ ਕਰਕੇ ਚੱਲੇਗਾ ਤੇ ਫਿਰ ਦੁਨੀਆ ਤੈਨੂੰ ਗੁਰਮਖ ਕਹੇਗੀ ਗੁਰਮਖ ਦੀ ਉਪਾਧੀ ਦੇਗੀ ਗੁਰੂ ਵੱਲ ਨੂੰ ਚੱਲੇਗਾ ਜਦੋਂ ਕਹਿੰਨੇ ਆ ਸੀ ਕਹਿੰਨੇ ਦੀ ਮੈਂ ਜਪਜੀ ਪੜਦਾ ਬਾਣੀ ਪੜਦਾ ਆਖੰਡ ਪਾਠ ਸਹਿਬ ਕਰਾਇਆ ਸਹਿਜ ਪਾਠ ਸਹਿਬ ਕਰਾਇਆ ਮੈਂ ਆਪ ਖੁਦ ਬਾਣੀ ਪੜ ਕੇ ਕੀਤਾ ਪਰ ਸਕੂਨ ਨਹੀਂ ਆਇਆ ਕਿਉਂਕਿ ਤੂੰ ਕਤਰਾ ਇੱਕ ਵੀ ਹਿਰਦੇ 'ਚ ਨਹੀਂ ਵਸਾਇਆ ਅੰਦਰ ਨਹੀਂ ਵਸਾਇਆ ਬਾਹਰੋਂ ਪੜਿਆ ਬਾਹਰ ਸੁਣਾਇਆ ਤੇ ਆਖਰ ਉਹਦੇ ਨਾਲ ਹੋਮੇ ਵੱਧ ਗਈ ਮੈਂ ਆ ਕੀਤਾ ਮੈਂ ਉਹ ਕੀਤਾ ਮਹਾਰਾਜ ਕਹਿੰਦੇ ਜੇ ਉਹ ਅੰਦਰ ਉਤਰੇ ਪਿਆਸ ਬਹੁਤ ਲੱਗੀ ਆ ਬਹੁਤ ਲੱਗੀ ਆ ਕਲਸ਼ ਪਾਣੀ ਦਾ ਭਰਿਆ ਗੜਵਾ ਕੋਲਾ ਗਲਾਸ ਪਾਣੀ ਦਾ ਭਰਿਆ ਸਾਹਮਣੇ ਆ ਕੋਈ ਕਹੇ ਮੇਰੇ ਕੋਲ ਘੜਾ ਪਾਣੀ ਦਾ ਭਰਿਆ ਕੋਈ ਕਹੇ ਮੇਰੇ ਕੋਲ ਬਾਲਟੀ ਪਾਣੀ ਦੀ ਭਰੀ ਕੋਈ ਕਹੇ ਟੈਂਕੀ ਪਾਣੀ ਦੀ ਭਰੀ ਕੋਈ ਕਹੇ ਮੈਂ ਬੈਠਾ ਹੀ ਦਰਿਆ ਦੇ ਕਿਨਾਰੇ ਹੁਣ ਐ ਕਹਿ ਨਲ ਪਿਆਸ 부ਝ ਜਾਵੇਗੀ ਤੇ ਕੋਈ ਮੂੰਹ ਦੇ ਵਿੱਚ ਪਾਣੀ ਪਾਈ ਜਾਵੇ ਤੇ ਉਹਦੀ ਕੁਰਲੀ ਕੀਤੀ ਜਾਵੇ ਪਾਈ ਦਵੇ ਕੁਰਲੀ ਕੀਤੀ ਜਾਵੇ ਅੰਦਰ ਨਗਾਹੀ ਨਾ ਗੁਸਤਾਖੀ ਮਾਫ ਅੰਦਰੋਂ ਪਾਣੀ ਮੁਕਦਾਏਗਾ ਖਤਮ ਹੋਦਾਏਗਾ ਛਤੀ ਰੋਗਾਂ ਦਾ ਕਾਰਨ ਬਣੇਗਾ ਪਰ ਅੰਦਰਲੀ ਪਿਆਸ ਉਦੋਂ ਬੁਝਣੀ ਜਿੱਦਾਂ ਕੰਠੋਂ ਪਾਣੀ ਅੰਦਰ ਉਤਰਿਆ ਉਦੋਂ ਉਹਨੇ ਜੀਵਨ ਦਾ ਹਿੱਸਾ ਬਨਣਾ ਹੈ ਉਦੋਂ ਨੇ ਸਰੀਰ ਦਾ ਹਿੱਸਾ ਬੰਨਾ ਹੈ ਜਿੰਨਾ ਚਿਰ ਮੁੱਖ ਵਿੱਚ ਘੁੱਟ ਭਰਿਆ ਹੈ ਬਾਹਰ ਸੁੱਟ ਦਿੱਤਾ ਹੈ ਪਾਣੀ ਕੁਰਲੀ ਕਰ ਦਿੱਤੀ ਬਾਹਰੋਂ ਪਾਣੀ ਮੁੱਖ ਵਿੱਚ ਪਾਇਆ ਬਾਹਰ ਹੀ ਉਹਨੂੰ ਸੁੱਟ ਦਿੱਤਾ ਹੈ ਬਾਹਰੋਂ ਨੇਵਾਲਾ ਭੁਜੰਦਾ ਬੁਰਕੀ ਗਿਰਾਹੀ ਮੁੱਖ ਵਿੱਚ ਪਾਈ ਆ ਤੇ ਮੁੱਖ ਵਿੱਚ ਰੱਖਿਆ ਤੇ ਮੁੱਖ ਵਿੱਚ ਰੱਖਣ ਨਾਲ ਕੁਝ ਸਵਾਦ ਆ ਜਾਂਦਾ ਹੈ ਪਾਣੀ ਮੁੱਖ ਵਿੱਚ ਰੱਖੀਏ ਉਹਦਾ ਪਤਾ ਲੱਗ ਜਾਏਗਾ ਨੋਣਾ ਹੈ ਮਿੱਠਾ ਹੈ ਖੱਟਾ ਹੈ ਕਿਹਦੇ ਆ ਨੇਵਾਲਾ ਬੁਰਕੀ ਭੋਜਨ ਮੁਖ ਵਿੱਚ ਪਾਈ ਆ ਪਤਾ ਲੱਗ ਜਾਏਗਾ ਸਬਜੀ ਚ ਨੂਨ ਨ ਮਿਰਚ ਤਿੱਖਾ ਘਾਟੇ ਕਿਵੇਂ ਆ ਕੱਚਿਆ ਪੱਕਿਆ ਸਵਾਦ ਆ ਜਾਂਦਾ ਕੁਝ ਪਰ ਭੁੱਖ ਉਦੋਂ ਹੀ ਮਿਟਣੀ ਜਦੋਂ ਕੁਝ ਕਿਰਿਆ ਕਰਕੇ ਉਹਨੂੰ ਅੰਦਰ ਉਤਾਰਿਆ ਨਾ ਆਪਣੇ ਅੰਦਰ ਉਦੋਂ ਹੀ ਉਹਨੇ ਤਾਕਤ ਬੰਨਣਾ ਹੈ ਉਦੋਂ ਹੀ ਉਹਨੇ ਸ਼ਰੀਰ ਦਾ ਆਧਾਰ ਬੰਨਣਾ ਹੈ ਮਹਾਰਾਜ ਕਹਿੰਦੇ ਗੁਰਮਖਾ ਜਦੋਂ ਮੁਖ ਨਾਲ ਬਾਣੀ ਬਾਹਰੋਂ ਪੜਦਾ ਹੈ ਬਾਰੀ ਸੁਣਾਈ ਜਾਂਦਾ ਹੈ ਤੇ ਅਜ ਉਦੋਂ ਇਹਨੇ ਤੇਰੇ ਜੀਵਨ ਦਾ ਆਧਾਰ ਬੰਨਣਾ ਹੈ ਜਦੋਂ ਦੋ ਬੋਲ ਤੇਰੇ ਅੰਦਰ ਉਤਰ ਗਏ ਜੀਵਨ ਵਿੱਚ ਉਤਰ ਗਏ ਅੰਦਰ ਉਹ ਸਿਧਾਂਤ ਵਸ ਗਿਆ ਉਹ ਬੀਜ ਤੇਰੇ ਅੰਦਰ ਉਤਰ ਗਿਆ ਉਦੋਂ ਤੇਰੇ ਜੀਵਨ ਦਾ ਆਧਾਰ ਨਾਮ ਬੰਨਣਾ ਜਦੋਂ ਨਾਮ ਅੰਦਰ ਉਤਰੇਗਾ ਅਦੇ ਮੇਰੀ ਤਰ੍ਹਾਂ ਬਾਹਰ ਨੂੰ ਰੌਲਾ ਪਾਇਆ ਬਾਹਰੋਂ ਪੜਿਆ ਬਾਹਰ ਸੁਣਾਇਆ ਮਹਾਰਾਜ ਸਾਹਿਬ ਦਾ ਬਚਨ ਕਰਦੀ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿੰਨ ਭੁੱਖਾਂ ਸਭ ਗੁਆਈਆਂ ਹੁਣ ਆਧਾਰਤਾ ਤਾਂ ਬਣੇਗਾ ਜਦੋਂ ਅੰਦਰ ਉਤਰੇਗਾ ਭੁੱਖ ਤਾਂ ਮਿਟੇਗੀ ਜਦੋਂ ਅੰਦਰ ਉਤਰੇਗਾ ਉਹ ਅੰਦਰ ਉਤਰੀ ਹੈ ਨਹੀਂ ਸਿਧਾਂਤ ਅੰਦਰ ਵਸਾਇਆ ਹੀ ਨਹੀਂ ਬਾਰੋਂ ਸਭ ਕੁਝ ਕੀਤਾ ਬਾਣੀ ਨੂੰ ਦਿਖਾਵੇ ਲਈ ਨਹੀਂ ਬਾਣੀ ਜੀਵਨ ਨੂੰ ਉਭਾਰਨ ਲਈ ਏ ਬਾਣੀ ਜੀ ਨਾਲ ਜਿੰਦ ਨਾਲ ਚੱਲਣ ਵਾਲੀ ਆ ਇਹਦੇ ਸਿਧਾਂਤ ਨੂੰ ਇਹਨੂੰ ਅੰਦਰ ਵਸਾਉਣਾ ਤੇ ਜਿੰਨੇ ਜਿੰਨੇ ਵੀ ਵਸਾਇਆ ਉਹ ਡੋਲਿਆ ਨਹੀਂ ਪਵਜਲ ਤੋਂ ਪਾਰ ਹੋ ਗਿਆ ਮਹਾਰਾਜ ਕਹਿੰਦੇ ਇਸ ਕਰਕੇ ਸ਼ਬਦ ਦੀ ਵਿਚਾਰ ਉਨੂੰ ਅੰਦਰ ਵਸਾ ਤੇਰੇ ਅੰਦਰ ਉਤਰੇ ਮਹਾਰਾਜ ਸਾਹਿਬ ਕਹਿੰਦੇ ਸੰਖੇਪ ਕਰਾਂ ਸਭ ਜੱਗ ਆਪ ਉਪਾਇੋਣਾ ਆਮਣ ਦਾਨ ਸੰਸਾਰਾ हे दाता ਸਾਰਾ ਸੰਸਾਰ ਤੂੰ ਪੈਦਾ ਕੀਤਾ ਹੈ ਤੇ ਸਾਰੇ ਨੂੰ ਪੈਦਾ ਕਰਕੇ ਇੱਕ ਪਾਸਿਓਂ ਆਵਣ ਜਨਮ ਲੈ ਕੇ ਜੀਵ ਆ ਰਹੇ ਨੇ ਜਾਨ ਅਰ ਸੰਸਾਰ ਦੇ ਜੀਵ ਤੁਰੇ ਧਾਰੇ ਤਨ ਨੂੰ ਪਰਿਵਾਰ ਨੂੰ ਸੰਸਾਰ ਨੂੰ ਸ਼ਰੀਰਾਂ ਨੂੰ ਛੱਡ ਛੱਡ ਕੇ ਤੁਰੇ ਧਾਰੇ ਇੱਕ ਪਾਸੇ ਸੰਸਾਰ ਉਤਪਨ ਹੋ ਰਿਹਾ ਹੈ ਇੱਕ ਪਾਸੇ ਸੰਸਾਰਕ ਨਾਸ਼ ਹੋ ਰਿਹਾ ਹੈ ਇੱਕ ਪਾਸੇ ਸੰਸਾਰ ਦੀਵਾ ਦਾ ਜੀਵਨ ਰੂਪ ਸੂਰਜ ਉਦੇ ਹੋ ਰਿਹਾ ਹੈ ਦੂਜੇ ਪਾਸੇ ਇਹ ਅਸਤ ਹੋ ਰਿਹਾ ਹੈ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਆਉਣਾ ਜਾਣਾ ਹੈ ਮਾਇਆ ਮੋਖ ਖਵਾਇਨ ਇੱਥੇ ਵਿਚਾਲੇ ਵਾਲਾ ਜਿਹੜਾ ਸਮਾ ਹੈ ਉਹ ਮੋਹ ਦੇ ਵਿੱਚ ਖੁਆਰ ਖੱਦਲ ਖਾਰੂ ਰਹਿ ਪਰਮਾਤਮਾ ਨੂੰ ਭੁੱਲ ਰਹੇ ਨੇ ਮਰ ਜਮੇ ਵਾਰੂ ਵਾਰ ਤਾਈ ਵਾਰ ਵਾਰ ਦਾ ਜਨਮ ਇਥੇ ਵਿਚਾਲੇ ਵਾਲਾ ਜਿਹਨੂੰ ਜੀਵਨ ਕਹਿੰਨੇ ਇਥੇ ਆ ਕੇ ਰੱਬ ਨੂੰ ਭੁੱਲ ਜਾਂਦੇ ਪਰਮਾਤਮਾ ਨੇ ਕਹਿੰਦੇ ਕਾਰੋਬਾਰ ਛੱਡੋ ਪਰਮਾਤਮਾ ਨੇ ਕਹਿੰਦੇ ਪਰਿਵਾਰ ਛੱਡੋ ਸੰਸਾਰ ਵਿੱਚ ਰਹਿੰਦੇ ਆ ਸਭ ਕੁਝ ਕਰਦੇ ਆ ਨਰੰਕਾਰ ਨੂੰ ਹਿਰਦੇ ਚ ਵਸਾ ਪਰਿਵਾਰ ਚ ਵਸਾ ਤੇਰੇ ਕਾਰੋਬਾਰ ਚ ਹੋਵੇ ਤੇਰੇ ਪਰਿਵਾਰ ਚ ਪਰਮਾਤਮਾ ਹੋਵੇ ਤੇਰੇ ਅੰਦਰ ਪਰਮਾਤਮਾ ਹੋਵੇ ਤਾਂ ਭਲਾ ਹੋਵੇ ਗਏ ਮਹਾਰਾਜ ਕਹਿੰਦੇ ਨੇ ਤੇ ਆਵਾਗਮਨ ਆਉਣਾ ਜਾਣਾ ਲੱਗਾ ਰਵੇ ਗਏ ਮੁੱਕੇਗਾ ਨਹੀਂ ਮਹਾਰਾਜ ਕਿਰਪਾ ਕਰਦੇ ਨੇ ਮਰ ਮਰ ਜੰਮੇ ਵਾਰੂ ਵਾਰਾ ਬਧੇ ਬੇਕਾਰਾ ਮਹਾਰਾਜ ਕਹਿੰਦੇ ਜਿਹੜੇ ਮਰ ਮਰ ਕੇ ਜੰਮਦੇ ਨਾ ਜੰਮਨ ਮਰਨ ਦੇ ਚੱਕਰ ਵਿੱਚ ਪਾਉਂਦੇ ਪੈਂਦੇ ਨੇ ਮਰੈ ਜਦ ਮੈਂ ਮਰੈ ਫਿਰ ਜਦ ਮੈਂ ਬਹੁਤ ਸਜਾਈ ਪਿਆ ਦੇਸ ਲੰਮੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਆਵਾਗਮਨ ਚ ਜਿਹੜੇ ਪੈਂਦੇ ਹਨ ਕਿਉਂ ਪਏ ਵਧੇ ਵਿਕਾਰਾ ਦੁਰਾਚਾਰ ਵੱਧ ਫੈਲੀਆਂ ਅੰਦਰ ਵੱਧ ਗਈਆਂ ਈਰਖਾ ਨਿੰਦਿਆ ਚੁਗਲੀ ਔਰ ਅਵਗਣ ਜਿਹੜਿਆ ਵੱਧ ਗਏ ਗਿਆਨ ਵੀ ਹੁਣੀ ਮੁਠੀ ਕਹਿਣ ਲੱਗੇ ਲੁਕਾਈ ਇਹ ਜੀਵ ਰੂਪ ਇਸ ਤਰੀ ਗਿਆਨ ਤੋਂ ਹੀ ਨਹੀਂ ਹੋ ਗਈ ਬ੍ਰਹਮ ਦਾ ਸ਼ਬਦ ਦਾ ਪਰਮਾਤਮਾ ਦਾ ਗਿਆਨ ਨਾ ਧਾਰਨ ਕੀਤਾ ਇਸ ਸੰਸਾਰ ਵਿੱਚ ਲੁੱਟਿਆ ਪੁੱਟਿਆ ਗਿਆ ਇਹਦੇ ਪੱਲੇ ਕੁਝ ਨਾ ਪਿਆ ਅਰ ਸੰਸਾਰ ਵਿੱਚ ਲੁੱਟਿਆ ਗਿਆ ਮਹਾਰਾਜ ਕਹਿੰਦੇ ਬਿਨ ਸ਼ਬਦ ਹੈ ਪਿਰ ਨਾ ਪਾਇਓ ਪ੍ਰਭੂ ਦੇ ਉਪਦੇਸ਼ ਤੋਂ ਬਿਨਾ ਸ਼ਬਦ ਬ੍ਰਹਮ ਤੋਂ ਬਗੈਰ ਅਰ ਜਿਹੜਾ ਪਰਮਾਤਮਾ ਨਾਲ ਮਿਲਾਪ ਨਹੀਂ ਹੋਣਾ ਜਨਮ ਗਵਾਇਓ ਰੋਵੇ ਅਫਗਨੀ ਆਰੀ ਝੂਠੀ ਮਹਾਰਾਜ ਕਹਿੰਦੇ ਜਨਮ ਬਰਬਾਦ ਹੋ ਗਿਆ ਅਫਗਨਾ ਨਾਲ ਭਰਿਆ ਆ ਮਨੁੱਖ ਤਾਹਾਂ ਮਾਰਦਾ ਮੈਂ ਬਹੁਤ ਕੁਝ ਕੀਤਾ ਬਹੁਤ ਸੇਵਾ ਕਰਦਾ ਰਿਹਾ ਮੈਂ ਬਹੁਤ ਪ੍ਰਾਲੇ ਕੀਤੇ ਫਿਰ ਵੀ ਮੇਰਾ ਆ ਹਾਲ ਮਹਾਰਾਜ ਕਹਿੰਦੇ ਬਾਹਰੋਂ ਕਰਦਾ ਰਿਹਾ ਅੰਦਰ ਕੁਝ ਨਹੀਂ ਉਤਾਰਿਆ ਤੇਰੀ ਜਿੰਦ ਦਾ ਆਧਾਰ ਆਸਰਾ ਉਹ ਬੰਨਾ ਸੀ ਜਿਹੜਾ ਅੰਦਰ ਉਤਰਦਾ ਤੂੰ ਲੋਕ ਦਿਖਾਵਾ ਬਹੁਤ ਕਰਦਾ ਰਿਹਾ ਹੈ ਫਰਮਾਤਮਾ ਵਾਸਤੇ ਕੁਝ ਨਹੀਂ ਕੀਤਾ ਲੋਕਾਂ ਵਾਸਤੇ ਕੀਤਾ ਤੇ ਲੋਕਾਂ ਦੀ ਉਹ ਤੈਨੂੰ ਜ਼ਾਇਦਾਇਕਾਰ ਮਿਲਦੀ ਰਹੀ ਲੋਕ ਕਹਿੰਦੇ ਰਹੇ ਬੜਾ ਬਈਏ ਗੁਰਮਖ ਹੈ ਬੜਾ ਬਈਏ ਅ ਲੋਕ ਭਲਾਏ ਦੇ ਕੰਮ ਕਰਨ ਵਾਲਾ ਬੜਾ ਬਈਏ ਰੱਬ ਦੇ ਰਾਤੇ ਚੱਲਣ ਵਾਲਾ ਉਹ ਤੈਨੂੰ ਵਾ 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 ਮਿਲਦੀ ਰਹੀ ਅੰਦਰ ਕੁਝ ਉਤਾਰਦਾ ਆਪਣੇ ਅੰਦਰ ਟਿਕਾਉਂਦਾ ਅੰਦਰ ਵਸਾਉਂਦਾ ਤੇ ਜੋ ਅੰਦਰ ਨਾਮ ਵਸਦਾ ਗੁਣ ਅੰਦਰ ਵਸਦੇ ਉਹ ਤੈਨੂੰ ਰੱਬ ਨਾਲ ਮਲਾਉਂਦੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬਚਨ ਕਰਦੇ ਜੇ ਗੁਨ ਹੋਵੇ ਗੰਠੂੜੀਏ ਮਿਲੇਗਾ ਸੋਈ ਮਿਲਿਆ ਹੋਏ ਇਨਾਂ ਵੀ ਛੁੜੈ ਜੇ ਮਿਲਿਆ ਹੋਏ ਕਹਿੰਦੇ ਅਵਗਣਾਰੇ ਅਵਗਨਾ ਨੂੰ ਤਾਰਨ ਵਾਲੇ ਜਿਹੜੇ ਨੇ ਫਿਰ ਰੋਂਦੇ ਤੇ ਤਾਹਾ ਮਰਦੇ ਫਿਰ ਜਗ ਜੀਵਨ ਕਿਸ ਨੂੰ ਰੋਈਏ ਰੋਵੇ ਕੰਤ ਬਿਸਾਰੇ ਮਹਾਰਾਜ ਕਹਿੰਦੇ ਪਰਮਾਤਮਾ ਜਿਹੜਾ ਹੈ ਨਾ ਜਗਤ ਦਾ ਜੀਵਨ ਹੈ ਜਗਤ ਨੂੰ ਜਿੰਦ ਜਾਨ ਦੇਨ ਹਾਰਾ ਹੈ ਇਹਦੇ ਕਰਕੇ ਜਗਤ ਜਿੰਦਾ ਹੈ ਇਹਦੇ ਤੋਂ ਹੀ ਸਾਰੀ ਜਿੰਦ ਜਾਨ ਆ ਰਹੀ ਏ ਸਤਾ ਸਵਰਤੀ ਆ ਰਹੀ ਏ ਕਿਥ ਨੂੰ ਰੋਈਏ ਕਹਿੰਦੇ ਰੱਬ ਨੂੰ ਨਾ ਰੋ ਕਿਉਂ ਰੋਣਾ ਹੈ ਮਹਾਰਾਜ ਕਹਿੰਦੇ ਰੋਵੇ ਕੰਤ ਬਿਸਾਰੇ ਰੋਂਦੇ ਉਹ ਜਿਹੜਾ ਨੂੰ ਰੱਬ ਭੁੱਲ ਗਿਆ ਉਹ ਅਵਗਣ ਇਕੱਠੇ ਕਰਦੇ ਅਵਗਣਾਂ ਦੇ ਨਾਲ ਦੁੱਖ ਹੁੰਦਾ ਫਿਰ ਤਾਹਾ ਮਾਰਦੇ ਨੇ ਮਹਾਰਾਜ ਮੀਰ ਕਰਦੇ ਸਭ ਜਗ ਆਪ ਉਪਾਇ ਹੋਣਾ ਆ ਮਨਜਾਨ ਸੰਸਾਰੇ ਵੈਗੁਰੂ ਸਾਰਾ ਸੰਸਾਰ ਤੂੰ ਆਪ ਪੈਦਾ ਕੀਤਾ ਹੈ ਇੱਕ ਪਾਸਿਓਂ ਆ ਰਿਹਾ ਦੂਜੇ ਪਾਸੇ ਮਰ ਕੇ ਤੁਰਿਆ ਦਾ ਰਿਹਾ ਇਹਦੇ ਵਿੱਚੋਂ ਆਵਾਗਮਣ ਚੋਂ ਉਹ ਨਿਕਲਦਾ ਜਿੰਨੇ ਤੇਰੇ ਸ਼ਬਦ ਨੂੰ ਕਮਾਇਆ ਆਪਣੇ ਅੰਦਰ ਸਿਧਾਂਤ ਨੂੰ ਵਸਾਇਆ ਨਾਮ ਨੂੰ ਅੰਦਰ ਵਸਾਇਆ ਤੇ ਨਾਮ ਨੇ ਉਸ ਜੀਵਤਵ ਨੂੰ ਤੇਰੇ ਵਿੱਚ ਮਿਲਾਇਆ ਤੇਰੇ ਨਾਲ ਮਲਾਤਾ ਇਹ ਮਹਾਰਾਜ ਨੇ ਦੋ ਪਦਿਆਂ ਦੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਆ ਜਿਤਨਾ ਅਗਲੇ ਪਦਿਆਂ ਦੇ ਅੰਦਰ ਗੁਰੂ ਕਿਰਪਾ ਕਰਦੇ ਉਹ ਆਪਾਂ ਕੱਲ ਦੇ ਸਮੇਂ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਸਮੇਂ ਦੇ ਅਧੀਨ ਰਹਿੰਦਿਆਂ ਹੋਇਆਂ ਅੱਜ ਦੀ ਵਿਚਾਰ ਕਰਨਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਅੱਗੇ ਤੋਂ ਸ਼੍ਰੇਸ਼ਟ ਮਤਬੋਧੀ ਬਖਸ਼ ਕਰਨੀ ਜੋ ਪੜਦੇ ਪੜਾਉਂਦੇ ਸੁਣਦੇ ਸੁਣਾਉਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੋਈ ਕਤਰਾ ਕਿਰਪਾ ਸਾਡੇ ਤੇ ਵੀ ਵਰਸੇ ਹਿਰਦਿਆਂ ਵਿੱਚ ਨਾਮ ਅਥੇ ਸਾਡਾ ਆਇਆ ਸੁਣਿਆ ਸੁਣਾਇਆ ਸਫਲਤਾਈ ਦੇ ਸਹਿਤ ਹੋਵੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਮਤਬੁੱਧ ਬਖਸ਼ਣ ਸਾਨੂੰ ਨਾਮ ਬਾਣੀ ਦਾ ਅਭਿਆਸ ਬਖਸ਼ਣ ਆਪਦੇ ਚਰਨਾਂ ਦਾ ਪ੍ਰੇਮ ਬਖਸ਼ਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ